ਇਸਤਰੀ ਅਕਾਲੀ ਦਲ ਲੁਧਿਆਣਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇੱਕ ਸਮਾਰੋਹ ਦੌਰਾਨ ਦੇਰੀ ਨਾਲ ਪਹੁੰਚਣ ਤੇ ਮਹਿਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਲਤਾੜ ਲਗਾਉਣ ਦੇ ਮਾਮਲੇ 'ਚ ਆਸ਼ੂ ਵੱਲੋਂ ਸੰਬੰਧਿਤ ਮਹਿਲਾ ਅਧਿਕਾਰੀ ਤੋਂ ਮਾਫ਼ੀ ਨਾ ਮੰਗਣ ਤੇ ਉਸਦੇ ਹਰ ਪ੍ਰੋਗਰਾਮ ਵਿੱਚ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ ਹੈ। ਲੁਧਿਆਣਾ ਵਿਖੇ ਇਸਤਰੀ ਅਕਾਲੀ ਦਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਦਿਆਲ ਕੌਰ ਨੇ ਕਿਹਾ ਕਿ ਕੈਬਨਿਟ ਮੰਤਰੀ ਆਸ਼ੂ ਨੇ ਨਾ ਸਿਰਫ ਮਹਿਲਾ ਅਧਿਕਾਰੀ ਦਾ ਅਪਮਾਨ ਕੀਤਾ ਹੈ ਬਲਕਿ ਬਾਅਦ ਵਿੱਚ ਉਸ ਤੋਂ ਮਾਫ਼ੀ ਨਾ ਮੰਗ ਕੇ ਉਸ ਤੋਂ ਵੀ ਵੱਡਾ ਅਪਰਾਧ ਕੀਤਾ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਆਸ਼ੂ ਨੇ ਮਹਿਲਾ ਅਧਿਕਾਰੀ ਤੋਂ ਮਾਫ਼ੀ ਨਾ ਮੰਗੀ ਤਾਂ ਉਹਨਾਂ ਦੇ ਹਰ ਪ੍ਰੋਗਰਾਮ ਵਿੱਚ ਕਾਲੇ ਝੰਡੇ ਦਿਖਾਏ ਜਾਣਗੇ। ਇਸ ਤੋਂ ਇਲਾਵਾ ਬੈਠਕ ਨੂੰ ਲੈ ਕੇ ਉਹਨਾਂ ਦੱਸਿਆ ਕਿ ਇਸ ਬੈਠਕ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ ਕਰਨ ਨੂੰ ਲੈ ਕੇ ਚਰਚਾ ਕੀਤੀ ਗਈ। ਇਸਤਰੀ ਅਕਾਲੀ ਦਲ ਦੀ ਵੱਡੀ ਗਿਣਤੀ 'ਚ ਬੀਬੀਆਂ ਦੀ ਅੱਜ ਮੀਟਿੰਗ ਬੁਲਾਈ ਗਈ ਆ ਕਿਉਂਕਿ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਲੋਕਾਂ 'ਚ ਬਹੁਤ ਉਤਸ਼ਾਹ ਹੈ ਕਿ ਕਾਂਗਰਸ ਨੇ ਜੋ ਕੁਛ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਔਰ ਸਾਡੀਆਂ ਬੀਬੀਆਂ ਹੁਣ ਇਹਨਾਂ ਦਿਨਾਂ 'ਚ ਘਰ ਘਰ ਜਾ ਕੇ ਪ੍ਰਚਾਰ ਕਰਨਗੀਆਂ ਕਿ ਸਾਡੀ ਸਰਕਾਰ ਹੁੰਦਿਆਂ ਕਿੰਨੇ ਡਿਵੈਲਪਮੈਂਟ ਦੇ ਕਾਰਜ ਹੋਏ ਔਰ ਕਿਸ ਤਰ੍ਹਾਂ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਉਹਦਾ ਘਰ ਘਰ ਜਾ ਕੇ ਪ੍ਰਚਾਰ ਕਰਨਗੀਆਂ ਔਰ ਮੈਂ ਇਹ ਸਮਝਦੀ ਹਾਂ ਕਿ ਲੋਕ ਤਾਂ ਪਹਿਲਾਂ ਹੀ ਤਿਆਰ ਬੈਠੇ ਨੇ ਕਿ ਕਦੋਂ ਵੋਟਾਂ ਆਉਣ ਤਾਂ ਅਸੀਂ ਵੋਟ ਪਾ ਕੇ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਜਿਤਾਈਏ। ਇਸ ਦੇ ਨਾਲ ਹੀ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹਾਂਗੀ ਕਿ ਪਿਛਲੇ ਦਿਨਾਂ 'ਚ ਭਾਰਤ ਭੂਸ਼ਣ ਆਸ਼ੂ ਜੋ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਪਬਲਿਕ ਮੀਟਿੰਗ 'ਚ ਇੱਕ ਫੰਕਸ਼ਨ 'ਚ ਇੱਕ ਮਹਿਲਾ ਔਰਤ ਇੱਕ ਡੀਓ ਦਾ ਇਸ ਤਰ੍ਹਾਂ ਉਹਨਾਂ ਨੇ ਇੰਸਲਟ ਕੀਤੀ ਥੋੜ੍ਹਾ ਜਿਹਾ ਲੇਟ ਆਉਣ ਤੋਂ ਜਿਹੜਾ ਕਿ ਆਪਣਾ ਉਹ ਸ਼ਿਸ਼ਟਾਚਾਰ ਦੇ ਅੰਦਰ ਨਹੀਂ ਆਉਂਦਾ। ਅਸੀਂ ਇਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਅਤੇ ਮੈਂ ਉਹਨਾਂ ਨੂੰ ਇਹ ਕਹਿੰਦੀ ਹਾਂ ਕਿ ਉਹ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗ ਲੈਣ ਕਿਉਂਕਿ ਔਰਤ ਦਾ ਸਤਿਕਾਰ ਕਰਨਾ ਬਣਦਾ। ਜੇ ਉਹ ਮਾਫ਼ੀ ਨਹੀਂ ਮੰਗਣਗੇ ਤਾਂ ਅਸੀਂ ਜਿੱਥੇ ਵੀ ਉਹ ਜਾਣਗੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਵਾਂਗੇ ਅਤੇ ਉਹਨਾਂ ਦਾ ਘਰਾਓ ਕਰਾਂਗੇ। ਅੱਜ ਇੱਥੇ ਬਹੁਤ ਹੀ ਅਹਿਮ ਮੀਟਿੰਗ ਇਸਤਰੀ ਅਕਾਲੀ ਦਲ ਵੱਲੋਂ ਬੁਲਾਈ ਗਈ ਜੋ ਕਿ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨਜ਼ ਲਈ ਬੀਬੀਆਂ ਨੇ ਹੁਣ ਕਮਰ ਕੱਸੇ ਕਰ ਲਏ ਨੇ ਅਤੇ ਅੱਜ ਬੀਬੀਆਂ ਨੇ ਤਹੱਈਆ ਕੀਤਾ ਹੈ ਕਿ ਕਾਂਗਰਸ ਦੀਆਂ ਜੋ ਲੋਕ ਮਾਰੂ ਨੀਤੀਆਂ ਰਹੀਆਂ ਨੇ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਮੈਂ ਸੋਚਦੀ ਹਾਂ ਕਿ ਸਾਨੂੰ ਨੌਜਵਾਨਾਂ ਨੂੰ ਖਾਸ ਕਰਕੇ ਇਹਨਾਂ ਨੇ ਬਹੁਤ ਗੁੰਮਰਾਹ ਕੀਤਾ। ਉਸ ਦੇ ਖਿਲਾਫ ਬੀਬੀਆਂ ਇੱਕ ਬਹੁਤ ਵੱਡਾ ਅਹਿਮ ਰੋਲ ਨਿਭਾਉਣਗੀਆਂ ਕਿ ਘਰ ਘਰ ਜਾ ਕੇ ਜੋ ਕਾਂਗਰਸ ਨੇ ਝੂਠੇ ਵਾਅਦੇ ਕੀਤੇ ਉਹਨਾਂ ਦੀ ਪੋਲ ਖੋਲਣੀ ਉਹਦੇ ਨਾਲ ਨਾਲ ਹੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 10 ਸਾਲ 'ਚ ਡਿਵੈਲਪਮੈਂਟ ਦੇ ਕੰਮ ਕਰਾਏ ਔਰ ਜੋ ਸਾਡੇ ਆਉਣ ਵਾਲੇ ਭਵਿੱਖ 'ਚ ਅਸੀਂ ਕਰਨਾ ਚਾਹੁੰਦੇ ਹਾਂ ਪੰਜਾਬ ਲਈ ਉਹ ਸਾਰੀਆਂ ਨੀਤੀਆਂ ਅਸੀਂ ਬਹੁਤ ਇੱਕ ਸੁਚੱਜੇ ਤਰੀਕੇ ਨਾਲ ਡੋਰ ਟੂ ਡੋਰ ਕੰਪੇਨ ਕਰਕੇ ਅਸੀਂ ਘਰ ਘਰ ਪਹੁੰਚਾਵਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿਉਂਕਿ ਮੈਂ ਸੋਚਦੀ ਹਾਂ ਬੀਬੀਆਂ ਦਾ ਇੱਕ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ ਉਹ ਮਾਂ ਵੀ ਹੁੰਦੀ ਹੈ ਧੀ ਵੀ ਹੁੰਦੀ ਹੈ ਅਤੇ ਹਰ ਤਰੀਕੇ ਨਾਲ ਉਹ ਸਾਰੇ ਵਰਗ ਨੂੰ ਬਾਕੀ ਵਰਗਾਂ ਨੂੰ ਵੀ ਨਾਲ ਲੈ ਕੇ ਅਸੀਂ ਚੱਲਾਂਗੇ। ਉੱਥੇ ਹੀ ਅੱਜ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਪਿਛਲੇ ਦਿਨੀ ਭਾਰਤ ਭੂਸ਼ਣ ਆਸ਼ੂ ਜੋ ਕਿ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੇ ਇੱਕ ਮਹਿਲਾ ਅਫਸਰ ਨੂੰ ਜਿਸ ਤਰੀਕੇ ਨਾਲ ਇਨਸਲਟ ਕੀਤਾ ਪਬਲਿਕਲੀ ਅਸੀਂ ਕਹਾਂਗੇ ਕਿ ਜੇ ਰੈਪਰੀਮੈਂਡ ਕਰਨਾ ਸੀ ਜੇ ਉਹਨਾਂ ਨੂੰ ਕਿਸੇ ਗੱਲ ਲਈ ਪੁਲ ਅਪ ਕਰਨਾ ਸੀ ਉਹਦੇ ਹੋਰ ਬਹੁਤ ਤਰੀਕੇ ਹੁੰਦੇ ਨੇ ਸ਼ੋ ਕੌਜ ਨੋਟਿਸ ਦੇ ਦਿੰਦੇ ਉਹਨਾਂ ਨੂੰ ਆਪਣੇ ਦਫ਼ਤਰ ਬੁਲਾ ਲੈਂਦੇ ਪਰ ਪਬਲਿਕਲੀ ਅਸੀਂ ਉਹਨੂੰ ਹੈਰੈਸਮੈਂਟ ਮੰਨਦੇ ਹਾਂ ਔਰ ਉਸ ਲਈ ਮੈਂ ਕਹਾਂਗੀ ਮੈਂ ਲੇਡੀ ਆਫਿਸਰ ਨੂੰ ਵੀ ਕਹਾਂਗੀ ਪਿਛਲੇ ਦਿਨੀ ਵੀ ਇਹਨਾਂ ਦੇ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕਾਂਗਰਸ ਦਾ ਮੇਰੇ ਖਿਆਲ 'ਚ ਇਤਿਹਾਸ ਰਿਹਾ ਹੈ ਕਿ ਇਹ ਬਹੁਤ ਬੁਰੀ ਤਰੀਕੇ ਨਾਲ ਔਰਤਾਂ ਨਾਲ ਪੇਸ਼ ਆਉਂਦੇ ਨੇ। ਉੱਥੇ ਮੈਂ ਸੋਚਦੀ ਹਾਂ ਕਈ ਵਾਰ ਕਿਸੇ ਮਹਿਲਾ ਆਫਿਸਰ ਦੇ ਉੱਤੇ ਕੁਛ ਪ੍ਰੈਸ਼ਰ ਵੀ ਹੁੰਦਾ ਹੈ ਜਿਸ ਦੇ ਅੰਦਰ ਮੈਂ ਸੋਚਦੀ ਹਾਂ ਦੱਬ ਕੇ ਉਹ ਉਸ ਗੱਲ ਨੂੰ ਰਿਪੋਰਟ ਨਹੀਂ ਕਰਦੇ ਜਿੱਦਾਂ ਕਿ ਵਿਮਨ ਕਮਿਸ਼ਨ ਕੋਲ ਵੀ ਉਹਨਾਂ ਨੇ ਰਿਪੋਰਟ ਨਹੀਂ ਕੀਤੀ ਉਹਨਾਂ ਨੇ ਆਹ ਜ਼ਰੂਰ ਕਿਹਾ ਮੇਰੇ ਨਾਲ ਰੂਡ ਬੋਲੇ ਨੇ ਪਰ ਇਹ ਕਹਿਣ ਤੋਂ ਇਨਕਾਰ ਕੀਤਾ ਕਿ ਮੈਂ ਇਨਸਲਟਡ ਫੀਲ ਕੀਤਾ। ਅਸੀਂ ਕਹਿੰਦੇ ਹਾਂ ਉਹਨਾਂ ਔਰਤਾਂ ਨੂੰ ਵੀ ਕਿਸੇ ਵੀ ਪੋਸਟ 'ਤੇ ਹੋਣ ਛੋਟੀ ਪੋਸਟ ਵੱਡੀ ਪੋਸਟ
ਹਰ ਵਿਮਨ ਸ਼ੁਡ ਫੀਲ ਸਿਕਿਓਰ। ਇਹਨਾਂ ਮਿਨਿਸਟਰਸ ਦੇ ਨਾਲ ਸਾਡਾ ਫਰਜ਼ ਬਣਦਾ ਹੈ, ਅਸੀਂ ਸਾਰੀਆਂ ਔਰਤਾਂ ਨੇ ਤਾਂ ਹੀ ਤਹੀਆ ਕੀਤਾ ਹੈ। ਪਹਿਲੀ ਗੱਲ, ਅਸੀਂ ਭਾਰਤ ਭੂਸ਼ਣ ਆਸ਼ੂ ਕੋਲੋਂ ਡੀਸੈਂਸੀ ਦੇ ਦਾਇਰੇ ਚ ਰਹਿੰਦੇ ਹੋਏ ਮੰਗ ਕਰਦੇ ਹਾਂ ਕਿ ਉਹ ਅਪੋਲੋਜੀ ਇਸ਼ੂ ਕਰਨ। ਜੇ ਉਹ ਨਹੀਂ ਕਰਨਗੇ, ਅਸੀਂ ਉਹਨਾਂ ਨੂੰ ਅੱਜ ਵਾਰਨ ਕਰਦੇ ਹਾਂ, ਤਾੜਨਾ ਕਰਦੇ ਹਾਂ, ਪੁਲ ਅਪ ਕਰਦੇ ਹਾਂ ਕਿ ਫਿਰ ਅਸੀਂ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਤੇ ਉਹਨਾਂ ਦਾ ਘੇਰਾਓ ਕਰਾਂਗੇ ਤੇ ਇਹ ਅਪੋਲੋਜੀ ਉਹਨਾਂ ਨੂੰ ਇਸ਼ੂ ਅੱਜ ਨਹੀਂ ਤੇ ਕੱਲ ਕਰਨੀ ਚਾਹੀਦੀ। ਬਿਊਰੋ ਰਿਪੋਰਟ, ਲੁਧਿਆਣਾ ਬਿਊ।